ਦੀਆਂ ਗਲੀਆਂ ਪਿੰਡ ਪਤਾ ਨਹੀਂ ਕਿਹੜਾ ਹੈ ਭੁੱਲਣ ਪਤਾ ਨਹੀਂ ਅਸੀਂ ਪੂਰਾ ਯਾਦ ਹੋ ਗਿਆ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਿੰਡ ਦੀਆਂ ਗਲੀਆਂ ਪਿੰਡ ਪਤਾ ਨਹੀਂ ਕਿਹੜਾ ਹੈ ਭੁੱਲਣ ਭੁਲੇਖਾ ਭੁੱਲ ਭੁਲੇਖਾ ਅੱਛਾ ਭਾਮ 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 ਬਹੁਤ ਵਧੀਆ ਪਿੰਡ ਹੈ ਪਿੰਡ ਦੀਆਂ ਗਲੀਆਂ ਸਾਡੇ ਵੱਡੇ ਵੀਰ ਜੀ ਸੁਰਿੰਦਰ ਮਹਾਲਪਾ ਜੀ ਸੋ ਅੱਜ ਅਸੀਂ ਪਹੁੰਚੇ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਸਾਰੇ ਹਾਂ ਅਤੇ ਭਾਅ ਜੀ ਉਹਨਾਂ ਨੂੰ ਮਿਲੇ ਬਹੁਤ ਟਾਈਮ ਬਾਅਦ ਮਿਲੇ ਆ ਬੜੀ ਖੁਸ਼ੀ ਹੋਈ ਅੱਜ ਮਿਲ ਕੇ ਹੋਰ ਭਾਅ ਜੀ ਸੁਣਾਓ ਕੋਈ ਗੱਲਬਾਤ ਤੁਹਾਡੇ ਕਿੱਦਾਂ ਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਾਡੇ ਵੀਰ ਬਹੁਤ ਦੇਰ ਬਾਅਦ ਮਿਲੇ ਵਾਕਈ 'ਚ ਕੋਈ ਸ਼ੱਕ ਨਹੀਂ ਜੀ ਅਤੇ ਮੇਰਾ ਤਾਂ ਅਜੀਜ਼ ਹੈ ਜੀ ਬਹੁਤ ਮੈਨੂੰ ਬੜਾ ਪਿਆਰ ਕਰਦਾ ਜੀ ਅਸੀਂ ਵੀ ਪਿਆਰ ਕਰਦੇ ਹਾਂ ਅਸੀਂ ਕਰਦੇ ਜੀ ਤੋ ਸਾਡੀਆਂ ਤਾਂ ਦੁਆਵਾਂ ਹਰ ਵੇਲੇ ਨਾਲ ਸੱਜਣ ਭਾਅ ਜੀ ਦੇ ਅਤੇ ਬਾਕੀ ਸਾਡੇ ਇੱਧਰ ਬਾਬਾ ਬੋੜ ਮਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਸਾਨੂੰ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਰ ਇਹ ਸਾਡੇ ਗਿੱਲ ਸਾਹਿਬ ਹੈ ਜਿਹੜੇ ਮੇਰਾ ਖਿਆਲ ਹੈ ਸ਼ਾਇਦ ਤੁਸੀਂ ਇਹਨਾਂ ਨੂੰ ਜਾਣਦੇ ਹੋਵੋਗੇ ਇਹ ਬਹੁਤ ਪਹਿਲਾਂ ਇੱਕ ਗਦਰ ਫਿਲਮ ਆਈ ਸੀ ਸਨੀ ਦਿਓਲ ਦੀ ਅਤੇ ਉਹਦੇ ਵਿੱਚ ਇਹ ਅਮਰੀਸ਼ ਪੁਰੀ ਦੇ ਬੇਟੇ ਬਣੇ ਹੋਏ ਸੀ ਪਾਗਲ ਦਾ ਰੋਲ ਕਰਿਆ ਤਾ ਉਹ ਜਿਹੜਾ ਕਹਿੰਦੇ ਹੁੰਦੇ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਜਾ ਕੇ ਫਿਰ ਕਹਿੰਦੇ ਹੁੰਦੇ ਆ ਨਹਿਰੂ ਜੀ ਆ ਗਏ ਗਾਂਧੀ ਜੀ ਆ ਗਏ ਇਸ ਤਰ੍ਹਾਂ ਕਹਿੰਦੇ ਹੁੰਦੇ ਆ ਹਾਂ ਚਾਚਾ ਨਹਿਰੂ ਆ ਗਿਆ ਹਾਂ ਐਂ ਕਹਿੰਦੇ ਹੁੰਦੇ ਆ ਹਾਂਜੀ ਥੋੜਾ ਹੋ ਜਾਵੇ ਹਾਂ ਥੋੜਾ ਹੋ ਜਾਵੇ ਥੋੜਾ ਹੋ ਜਾਵੇ ਥੋੜਾ ਬੋਲਿਓ ਮੈਂ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਵੀ ਸਾਡੇ ਜਿਹੜੇ ਮੇਰੇ ਨਾਲ ਕੀ ਹੋਇਆ ਤੂੰ ਕੀ ਹੋਇਆ ਹੈ ਕੀ ਗੱਲ ਹੋਇਆ ਉਹ ਚਾਚਾ ਨਹਿਰੂ ਆ ਗਿਆ ਹਿੰਦੁਸਤਾਨ ਆਜ਼ਾਦ ਹੋ ਗਿਆ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਗੁੱਡ ਦੋਸਤੋ ਉਹ ਆ ਯਾਰ ਸਾਡੇ ਕੋਲ ਜੀ ਮਾਮਾ ਜੀ ਆਇਓ ਦੱਸਿਆ ਭਾਜੀ ਇਹ ਬਦੋਲੀ ਲੁਧਿਆਣੇ ਵਾਲੇ ਭਾਈ ਸਾਹਿਬ ਅੱਜ ਬੜੀ ਖੁਸ਼ੀ ਹੋਈ ਹੈ ਸਾਰੇ ਇਕੱਠੇ ਹੋ ਕੇ ਬੈਠੇ ਹਾਂ ਅੱਜ ਮਿਲਣ ਦਾ ਸਵਾਗ ਮਿਲਿਆ ਅਤੇ ਕਿਉਂਕਿ ਕੋਰੋਨਾ ਦਾ ਸਾਰੇ ਦੂਰ ਦੂਰ ਕਰਕੇ ਬਿਠਾਏ ਸੀ ਕਹਿੰਦੇ ਵੀ ਉਹ ਰਾਈਟਰ ਨੇ ਜੀ ਬਦਵਾਲ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਜਣਿਆਂ ਨੂੰ ਜਿੰਨੇ ਵੀ ਬਲੌਗਸ ਬਣਾ ਰਹੇ ਨੇ ਹਾਂਜੀ ਬਲੌਗਸ ਦੇਖ ਰਹੇ ਸਾਰੇ ਹੀ ਮਿੱਤਰ ਪਿਆਰੇ ਸੱਜਣ ਜਿੰਨੇ ਵੀ ਹੈਗੇ ਨੇ ਅਤੇ ਸਾਨੂੰ ਸਾਰੇ ਜਣਿਆਂ ਨੂੰ ਫੋਲੋ ਕਰਿਆ ਕਰੋ ਨਵੀਆਂ ਨਵੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਵਾਂਗੇ ਔਰ ਅਸੀਂ ਵਾਅਦਾ ਕਰਦੇ ਹਾਂ ਕਿ ਹਰ ਇੱਕ ਫਿਲਮ ਦੇ ਵਿੱਚ ਸਾਡਾ ਮੈਸੇਜ ਹੋਊ ਕੋਈ ਲੱਚਰਤਾ ਨਹੀਂ ਇਹ ਅਸੀਂ ਵਾਅਦਾ ਕਰਦੇ ਹਾਂ ਮਤਲਬ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਦੇਖ ਸਕਦੇ ਹਾਂ ਆਪਣੇ ਧੀਆਂ ਸਾਹਮਣੇ ਬਹਿ ਕੇ ਦੇਖ ਸਕਦੇ ਹਾਂ ਕੋਈ ਇਹੋ ਜਿਹਾ ਕੋਈ ਸੀਨ ਹੈ ਨਹੀਂ ਕਿ ਜਿੱਥੇ ਸਾਨੂੰ ਕੋਈ ਮੂੰਹ ਛਪਾਉਣਾ ਪਵੇਗਾ ਸਾਨੂੰ ਕੋਈ ਅੱਖ ਛਪਾਉਣੀ ਪਵੇਗਾ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਕੱਲ੍ਹ ਜਿਹੜੇ ਰਾਈਟਰ ਨੇ ਬਹੁਤ ਅੱਛਾ ਲਿਖਣ ਲੱਗ ਪਏ ਨੇ ਔਰ ਜਿਹੜਾ ਅਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹਾਂ ਦੇਖ ਸਕਦੇ ਹਾਂ ਹਨਾ ਚੀਜ਼ ਉਹੀ ਵਧੀਆ ਲੱਗਦੀ ਹੈ ਜਿਹੜੀ ਅਸੀਂ ਆਪਣੀ ਫੈਮਿਲੀ ਦੇ ਆਪਣੇ ਬੱਚਿਆਂ ਦੇ ਵਿੱਚ ਮਾਂ ਬਾਪ ਦੇ ਸਾਹਮਣੇ ਬੈਠ ਕੇ ਦੇਖ ਸਕੀਏ ਸੋ ਸਾਡੇ ਭਾਜੀ ਨੇ ਬਹੁਤ ਵਧੀਆ ਸਟੋਰੀ ਲਿਖੀ ਔਰ ਇਹ ਤਾਂ ਸਾਡੀ ਚਲੋ ਫਿਲਮ ਸੀਗੀ ਜੀ ਜ਼ਮੀਨ ਦੇ ਰਿਲੇਟਡ ਇੱਕ ਨੈਕਸਟ ਮੂਵੀ ਸਾਡੀ ਬਾਜ ਆ ਰਹੀ ਹੈ ਮੂਵੀ ਅਤੇ ਬਾਜ ਮੂਵੀ ਵਿੱਚ ਆਪਾਂ ਦਿਖਾਇਆ ਵੀ ਕਿੱਦਾਂ ਬੰਦੇ ਕਾਲਜ ਵਿੱਚ ਜਾਂਦੇ ਨੇ ਕਿੱਦਾਂ ਉਹਨਾਂ ਨੂੰ ਖਰਾਬ ਕਰਦੇ ਨੇ ਇੱਕ ਤਾਂ ਜਿਹੜੀ ਪ੍ਰਧਾਨਗੀ ਕਾਲਜ ਦੀ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੈ ਕਈ ਬੰਦਿਆਂ ਨੂੰ ਅਤੇ ਉੱਥੋਂ ਹੀ ਬੰਦੇ ਗੈਂਗਸਟਰ ਬਣਦੇ ਨੇ ਕਿੱਦਾਂ ਨਸ਼ਾ ਡਰੱਗਸ ਲੈਂਦੇ ਨੇ ਬੱਚੇ ਉਹ ਅਤੇ ਪੈਸੇ ਮਾਂ ਬਾਪ ਤੋਂ ਮੰਗਾ ਕੇ ਐਸ਼ ਕਿਵੇਂ ਕਰਦੇ ਨੇ ਉਸ ਦੇ ਉੱਤੇ ਸਾਡੇ ਰਿਲੇਟਡ ਫਿਲਮ ਆ ਰਹੀ ਹੈ ਅਤੇ ਉਹ ਥੋੜ੍ਹੇ ਦਿਨਾਂ ਕਰਕੇ ਆਪਾਂ ਕਰਨਾ ਬਿਲਕੁਲ ਬੜੀ ਖੁਸ਼ੀ ਦੇ ਸਲੂਟ ਹੈ ਵੀਰ ਨੂੰ ਬਹੁਤ ਵਧੀਆ ਮਤਲਬ ਸੋਚ ਹੈ ਬਹੁਤ ਹੀ ਵਧੀਆ ਕਲਮ ਹੈ ਵੀਰ ਦੀ ਸੋ ਅਸੀਂ ਪਰਮਾਤਮਾ ਨੂੰ ਅਰਦਾਸ ਕਰਦੇ ਹੋਰ ਮਤਲਬ ਇਹਨਾਂ ਨੂੰ ਕਾਮਯਾਬੀ ਬਖਸ਼ੇ ਸੋ ਸਾਡੇ ਹਰਨੇਕ ਬਾਈ ਜੀ ਬਹੁਤ ਹੀ ਵਧੀਆ ਸਿੰਗਰ ਨੇ ਬਹੁਤ ਹੀ ਵਧੀਆ ਆਰਟਿਸਟ ਨੇ ਸੋ ਉਹ ਵੀ ਜਾਂਦੇ ਜਾਂਦੇ ਅਸੀਂ ਇੱਕੋ ਗੱਲ ਕਹਾਂਗੇ ਕਹਿੰਦੇ ਜੋਗੀ ਪੀਰ ਫਕੀਰਾਂ ਨੇ ਲਾਡ ਲੜਾਇਆ ਮੈਨੂੰ ਗੁਰੂਆਂ ਭਗਤਾਂ ਪੀਰ ਪੈਗੰਬਰਾਂ ਗੋਦ ਖਿਡਾਇਆ ਮੈਨੂੰ ਗੁੜਤੀ ਦੇ ਕੇ ਪੰਜ ਪਾਣੀ ਮੈਨੂੰ ਮਾਖਮ ਮਿੱਠੀ ਕਰਦਾ ਬੁੱਲੇ ਪੀਲੂ ਵਾਰਿਸ ਸ਼ਾਹ ਮੇਰੀ ਦਿੱਖ 'ਚ ਜਾਦੂ ਭਰਦਾ
मैनू जौंदी रखण दे लई जान वार के लखा मैं पंजाबी हर बोली तो मड़क वखरी रखा मैं पंजाबी हर बोली तो मड़क वखरी क्या सो उड़े आए नू प्यार करो पंजाबी मां बोली नू प्यार करो हर एक भाषावां जिन्ने वी हैगे ने यूज जरूर करो पर पंजाबी मां बोली नू भी नाल मिला के चलो सो तुहाडे लई मैं चंद शब्द कहांगा कि तैनू चन्न कहां पर कहना नहीं तैनूं चन्न कहां पर कहना नहीं क्योंकि चन्न तेरे तो सोहना नहीं तुसीं होरां नालों वखरे हो कोई तुहाडे जिहा वी होणा क्या बात है क्या बात है दोस्तों अगर तुसी चंगा सुनते हो सब तो पहला तुसी वधिया सुरते हो वधिया चंगा सुनते हो तो असी बहुत ही वधिया तरीके दे नाल अहमियत वालियां वीडियो च लैके तुहाडे वास्ते आवांगे परिवार वीडियो च लैके आवांगे आपां तुहाडे वास्ते सो तुसी ये सारा सिरा तुहानूं जांदा इस चीज़ का क्योंकि तुसी वधिया सुरते हो जे तुसी वधिया सुरते हो तो असी तुहानूं बहुत ही वधिया वधिया परिवारक फिल्मां लैके आवांगे जिहदे नाल तुहाडा मनोरंजन भी होएगा तुहानूं सेध भी मिलेगी सो साडे चैनल सबसक्राइब करो और साडा जिहड़ी फिल्म देखना ना भुलना तुसी बहुत जल्दी नवीं फिल्म लैके एक होर आने सो साडी एक शॉर्ट मूवी बिल्कुल तैयार है जी जिहदे विच नेक भाई जी भी है साडे माल साहब सुरेंद्र माल भाजी है हरदीश कौर बैंस मैडम उन्हां दी लिखी हुई स्टोरी है सो मैडम कमलजीत कौर जी है तो मैं भी छोटा रोल किया उहदे च और मेरा बेटा एडिट कर रहा उहनूं तो जल्दी 15-20 दिन दे विच शायद तैयार हो जाएगी जिस फिल्म दा नाम है दर्द धियां दे ओह भी जरूर तुसीं कह रहे हो सानूं जरूरत नहीं असीं पूरा ताई कह रहे हो तुहानूं तुसीं कह रहे हो तुसीं कहो पहलां हां तां लगी जांदा जिवें दिल्ली जांदे हां हुण तो कोई नहीं